ਲਓ ਜੀ ਸੋਹਣਿਓ, ਕੰਪਲੀਟ ਵੀਡੀਓ ਇਹਦੀ, ਫੁੱਲ ਵੀਡੀਓ ਆ ਰਹੀ ਆ। ਸਾਰੇ ਪਾਣੀ ਪਾਉਂਦੇ ਦਿਖਾਵਾਂਗੇ। ਟਰੈਕਟਰ ਧੋਤਾ ਹੈ A to Z, ਆਪਾਂ ਅੱਗੇ ਤੋਂ ਲੈ ਕੇ ਸਿਰੇ ਤੱਕ ਪਾਈਪ ਨਾਲ ਖੁੱਲ੍ਹਾ ਪਾਣੀ ਪਾਇਆ। ਵੀਡੀਓ ਦਾ ਜਾਂ ਸ਼ੋਰਟ ਪਾਉਣ ਦਾ ਮੰਤਵ ਇਹੀ ਹੈ, ਜ਼ਿਮੀਦਾਰਾਂ ਨੂੰ ਅਵੇਅਰ ਕਰਨਾ, ਵਹਿਮਾਂ 'ਚੋਂ ਕੱਢਣਾ ਕਿ ਇਹਦੇ ਇੱਥੇ ਉੱਥੇ ਕਿਤੇ ਕੋਈ ਪਾਣੀ ਦੀ ਸਮੱਸਿਆ ਨਹੀਂ, ਨਾ ਇਹਦੇ ਕਿਤੇ ਪਾਣੀ ਲੱਗਣਾ ਇਹਨੂੰ ਕੋਈ ਦਿੱਕਤ ਆਉਂਦੀ ਆ, ਨਾ ਇਹ ਕੱਦੂ ਵਗੈਰਾ 'ਚ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਹੈ। ਉਹ ਵੀ ਜਗ੍ਹਾ ਦੱਸੀ ਆ ਜਿੱਥੇ ਇਹਦੇ ਪਾਣੀ ਨਹੀਂ ਲੱਗਣਾ। ਉਹ ਕੰਪਨੀ ਨੇ ਲਾਇਆ ਹੀ ਬਹੁਤ ਪਰਦੇ 'ਚ, ਉੱਥੇ ਤੁਸੀਂ ਪਾਣੀ ਪਾਈਪ ਨਾਲ ਵੀ ਪਾਈ ਜਾਓ ਤਾਂ ਵੀ ਨਹੀਂ ਲੱਗਦਾ। ਜੇ ਲੱਗ ਵੀ ਗਿਆ ਥੋੜ੍ਹੀ ਜਿਹੀ ਹਵਾ ਮਾਰੋ, ਹਵਾ ਮਾਰ ਕੇ ਉਹ ਤੋਂ ਬਾਅਦ ਸਟਾਰਟ ਕਰ ਲਓ, ਕੋਈ ਦਿੱਕਤ ਨਹੀਂ। ਟਰੈਕਟਰ ਧੋਤਾ ਸਾਰੇ ਪਾਈਪ ਨਾਲ, ਥੋੜ੍ਹੀ ਜਿਹੀ ਨੂੰ ਹਵਾ ਲਵਾ ਕੇ ਸਟਾਰਟ ਕਰ ਦੇਣਾ, ਬਸ ਗੱਲ ਇੰਨੀ ਹੁੰਦੀ ਆ। ਜਿਹੜੇ ਸੋਫਟ ਵਗੈਰਾ ਨੇ ਇਹਨਾਂ 'ਚੋਂ ਪਾਣੀ ਨਿਕਲ ਜਾਵੇ ਥਿੰਬਲਾਂ 'ਚੋਂ, ਹੋਰ ਕੁਛ ਵੀ ਨਹੀਂ। ਕੋਈ ਡਰੋ ਨਾ, ਬਹੁਤ ਸੋਹਣੀ ਟੈਕਨੋਲੋਜੀ ਆ। ਕੰਪਨੀਆਂ ਦਾ ਆਪਣੇ ਨੂੰ ਖਰਚਾ ਵੱਧ ਹੋਇਆ ਵਾ, ਉਹਨਾਂ ਨੂੰ ਆਪਣੇ ਨੂੰ ਜ਼ਿਆਦਾ ਫਿਕਰ। ਸੋ ਜੁੜੇ ਰਹੋ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਅਤੇ ਵੀਡੀਓ ਛੇਤੀ ਆ ਰਹੀ ਹੈ।